ਪੰਜਾਬੀ ਮਸ਼ਹੂਰ ਅਦਾਕਾਰ ਸਹਿਨਾਜ ਗਿੱਲ, ਜਿਸ ਨੂੰ ਪੰਜਾਬ ਦੀ ਕੈਟਰੀਨਾ ਕੈਫ ਵੀ ਕਿਹਾ ਜਾਂਦਾ ਹੈ, ਉਸਦੇ ਫਾਦਰ ਨੂੰ ਇੱਕ ਪਾਕਿਸਤਾਨ ਤੋਂ ਧਮਕੀ ਆਈ ਹੈ, 50 ਲੱਖ ਰੁਪਏ ਦੀ ਮੰਗ ਕੀਤੀ ਗਈ ਹੈ, ਨਾ ਦੇਣ ਦੀ ਸੁਰਤ ਵਿੱਚ ਉਸਨੂੰ ਮਾਰ ਦਿੱਤਾ ਜਾਵੇਗਾ। ਉਹਨਾਂ ਨੂੰ ਕਾਲ ਆਈ ਹੈ, ਜਿਹਦੀ ਕਾਲ ਦੀ ਉਹਨਾਂ ਰਿਕਾਰਡਿੰਗ ਕਰ ਲਈ ਦੂਜੇ ਮੋਬਾਈਲ ਰਾਹੀਂ। ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਇੱਕ ਹਿੰਦੂ ਨੇਤਾ ਨੂੰ ਪਹਿਲਾਂ ਅਸੀਂ ਗੋਲੀਆਂ ਮਾਰੀਆਂ ਸਨ, ਉਸ ਤਰ੍ਹਾਂ ਤੈਨੂੰ ਵੀ ਮਾਰ ਦਿੱਤਾ ਜਾਵੇਗਾ, ਕਿਉਂਕਿ ਸਹਿਨਾਜ ਗਿੱਲ ਦੇ ਪਿਤਾ ਸੰਤੋਖ ਗਿੱਲ ਇੱਕ ਹਿੰਦੂ ਸੰਗਠਨ ਦੇ ਆਗੂ ਰਹਿ ਚੁੱਕੇ ਹਨ। ਆਹ ਤੁਹਾਨੂੰ ਸੁਣਾਉਂਦੇ ਹਾਂ ਕੀ ਕਹਿ ਰਹੇ ਨੇ ਟੈਲੀਫੋਨ ਕਰਨ ਵਾਲਾ ਵਿਅਕਤੀ। ਇਹ ਇੱਕ ਕਾਲ ਆਉਂਦੀ ਹੈ ਜੀ ਮੈਨੂੰ, ਉਹਦੇ ਵਿੱਚ ਕਹਿ ਰਿਹਾ ਕਿ ਮੈਂ ਪਾਕਿਸਤਾਨ ਤੋਂ ਬੋਲਦਾ, 50 ਲੱਖ ਰੁਪਏ ਦੀ ਫਿਰੌਤੀ ਮੰਗੀ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਦੇਖੋ ਗੱਲ ਅਗਰ ਮੇਰੇ ਤੱਕ ਹੁੰਦੀ, ਮੈਨੂੰ ਤਾਂ ਪਹਿਲਾਂ ਵੀ ਬਹੁਤ ਸਾਰੀਆਂ ਧਮਕੀਆਂ ਆ ਚੁੱਕੀਆਂ, ਮੇਰੇ 'ਤੇ 2 ਵਾਰ ਫਾਇਰਿੰਗ ਵੀ ਹੋ ਚੁੱਕੀ ਆ। ਉਹਦੇ ਵਿੱਚ ਕੀ ਹੈ ਕਿ ਜਦੋਂ ਫਿਰ ਗੱਲ ਹੁਣ ਪਰਿਵਾਰ 'ਤੇ ਆ ਗਈ, ਫਿਰ ਮੈਂ ਬਰਦਾਸ਼ਤ ਨਹੀਂ ਕਰਾਂਗਾ। ਇਹਦੇ ਵਿੱਚ 8-1 ਦੀ ਗੱਲ ਹੈ ਜੀ, ਸਕਿਉਰਿਟੀ ਆਲਰੇਡੀ ਚਲੋ 2019 ਤੋਂ ਮੇਰੇ ਕੋਲ ਹੈਗੀ ਆ, 1-2 ਬੰਦੇ 3 ਬੰਦੇ ਮੇਰੇ ਕੋਲ ਹੈਗੇ ਆ। ਜੇ ਵੇਖਿਆ ਜਾਵੇ ਜਿਸ ਤਰ੍ਹਾਂ ਅਸੀਂ ਹੁਣ ਆਪਣੇ ਸੰਗਠਨ ਦਾ, ਮੈਂ ਸਮਾਜ ਸੇਵੀ ਵੀ ਹਾਂ, ਸਮਾਜ ਦੇ ਕੰਮ ਵੀ ਅਸੀਂ ਕਰਦੇ ਹਾਂ, ਅਤੇ ਰੋਜ਼ ਮੈਂ ਤਕਰੀਬਨ ਪਿੰਡਾਂ 'ਚ ਹੁੰਦਾ ਲੋਕਾਂ ਦੀ ਮਦਦ ਵਾਸਤੇ। ਆਪਣੇ ਆਪ ਨੂੰ ਇਸ ਵੇਲੇ ਬਹੁਤ ਜ਼ਿਆਦਾ ਅਨਸੁਰੱਖਿਅਤ ਮਹਿਸੂਸ ਕਰਦਾ। ਮੈਂ ਚਾਹੁੰਦਾ ਪ੍ਰਸ਼ਾਸਨ ਇਹ 'ਤੇ ਗੌਰ ਕਰੇ।